ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਚੱਲੇ ਹਾਂ ਜੀ ਪੂਨੀਆਂ ਨੂੰ ਗੋਰੇ ਕੇ ਘਰ, ਮਹਿਕ ਦੀ ਭੂਆ ਦੇ ਘਰ, ਜਸਵੀਰ ਕੌਰ ਦੇ। ਅਤੇ ਦੁੱਧ ਲੈਣਾ ਸੀਗਾ, ਖੋਆ ਕੱਢਣਾ ਸੀਗਾ, ਅਤੇ ਉਹ ਕਹਿੰਦੀ ਇੱਥੇ ਹੀ ਆਓ, ਇੱਥੇ ਕੱਢ ਕੇ ਲੈ ਕੇ ਜਾਓ ਨਾ। ਅਤੇ ਹੁਣ ਫਿਰ ਮਹਿਕ ਅਤੇ ਮੈਂ ਅਸੀਂ ਚੱਲੇ ਹਾਂ, ਸਾਨੂੰ ਕਰਨ ਲੈਣ ਆ ਰਿਹਾ। ਹਵਾ ਇੰਨੀ ਜ਼ਿਆਦਾ ਚੱਲ ਰਹੀ ਆ, ਬਾਕੀ ਦੇਖਦੇ ਹਾਂ ਉੱਥੇ ਜਾ ਕੇ ਕੀ ਬਣਦਾ। ਮਿਲਦੇ ਹਾਂ ਚੱਲ ਕੇ ਜਸਵੀਰ ਭੈਣ ਨੂੰ। ਉਲਟਾ ਕੰਮ ਕਰਤਾ, ਮੰਮੀ ਨੇ ਚਲਾਉਣ ਦੀ ਥਾਂ ਤੇ ਬੰਦ ਕਰਤੀ ਸੀ, ਪਤਾ ਹੀ ਨੀ ਹੁਣ ਇਹਦੇ ਬਾਰੇ ਨਵੀਂ ਚੀਜ਼ਾਂ। ਚਲੋ ਵੀ ਮੰਮੀ ਪੌਣੀ ਫੜਨੀ ਪੈਣੀ, ਇੰਨੀ ਛੋਟੀ ਅੱਛਾ ਮਾਰਨਾ ਕਾਹਤੋਂ ਆ ਵਿਚਾਰੇ ਨੂੰ, ਕੱਢ ਲਾ, ਮਾਰਨਾ ਨੀ ਨਾ ਕੱਢਣਾ, ਤੂੰ ਮਾਰਦੀ ਆ ਤਾਂ ਹੀ ਤਾਂ ਮਰਦਾ ਨੀ ਵਿਚਾਰਾ ਇਹਨੂੰ। ਫਿਰ ਆਪਾਂ ਨੇ ਇਹਦੇ ਚੋਂ ਕੜਾਹੀ ਚੋਂ ਕੱਢਣਾ, ਪਹਿਲਾਂ ਦੁੱਧ ਦੇ ਵਿੱਚੋਂ ਕੱਢਣਾ, ਫਿਰ ਕੜਾਹੀ ਦੇ ਵਿੱਚੋਂ ਕੱਢਣਾ। ਸਾਰੇ ਪਾਸੇ ਹਲਵਾਈ ਲੱਗੇ ਹੋਏ ਨੇ ਭਾਈ, ਹਾਂ ਆਰਾਮ ਨਾਲ ਬੈਠਣਾ ਪੈਂਦਾ, ਫਿਰ ਚੱਲਦੀ ਆ। ਹਾਂ ਕਹਿੰਦੇ ਖੋਆ ਹੀ ਭੇਜ ਦਿਓ ਸਾਨੂੰ, ਹਾਂ ਉਹ ਕਹਿੰਦਾ ਮੈਨੂੰ ਪਿੰਨੀਆਂ ਬਣਾ ਕੇ ਭੇਜਿਓ, ਹੁਣ ਦੇਖਦੇ ਹਾਂ। ਕਹਿੰਦਾ ਉਹ ਕਹਿੰਦਾ ਮੰਮੀ, ਮੈਂ ਕਿਹਾ ਸੀ ਕਹਿੰਦਾ ਮੰਮੀ ਉਹਦਾ ਟੇਸਟ ਨਹੀਂ ਆਉਣਾ ਹੈਗਾ, ਪਹਿਲੇ ਜੀ ਨਾਲ ਉੱਤੇ ਜਾ ਕੇ ਰਲਾਈ ਜਾਇਓ, ਹਾਂ ਉਹ ਗੱਲ ਤਾਂ ਉਹੀ ਆ ਨਾ, ਇਹ ਤਾਂ ਬਿਹਤਰ ਲਾ ਕੇ ਲੈ ਕੇ ਜਾਵਾਂਗੇ। ਤੇ ਖੋਆ ਵੀ ਅਸੀਂ ਅੱਜ ਭਾਈ ਬਹੁਤ ਦੂਰ ਕੱਢਣ ਆਏ ਹੋਏ ਹਾਂ, ਭੂਆ ਦੇ ਘਰੇ, ਭੂਆ ਨੂੰ ਵੀ ਕੰਮ ਲਾਤਾ ਇਹਨੇ, ਆਹ ਦੇਖ ਲਓ। ਕਹਿੰਦੀ ਭੂਆ ਮੈਂ ਤੁਹਾਡੇ ਹੱਥ ਦੀਆਂ ਕਚੌਰੀਆਂ ਜ਼ਰੂਰ ਖਾਣੀਆਂ ਨੇ, ਪਤਾ ਨਹੀਂ ਭੂਆ ਕਚੌਰੀਆਂ 'ਚ ਕੀ ਪਾਉਂਦੀਆਂ, ਕਚੌਰੀਆਂ 'ਤੇ ਮਰੀ ਰਹਿੰਦੀ ਆ ਭੂਆ ਦੀਆਂ 'ਤੇ। ਹਾਂ ਕਚੌਰੀਆਂ ਪਤਾ ਨਹੀਂ ਰਾਜਦੀਪ ਦੀ, ਰਾਜਦੀਪ ਨੇ ਕਦੋਂ ਖਾਧੀ ਆ ਕਚੌਰੀ, ਤਾਂ ਹੀ ਯਾਦ ਕਰਦਾ ਸੀ, ਕਹਿੰਦਾ ਭੂਆ ਦੀਆਂ ਕਚੌਰੀਆਂ ਬਹੁਤ ਸਵਾਦ ਹੁੰਦੀਆਂ ਨੇ। ਲੈ ਕੇ ਨਹੀਂ ਸੀ ਗਏ ਤੇ ਬਣਦੀਆਂ ਤੇ ਖਾਵਾਂਗੇ, ਟੇਸਟ ਦੱਸਾਂਗੇ ਕਿੱਦਾਂ ਦਾ। ਆਪਾਂ ਬੈਠੇ ਆਰਾਮ ਨਾਲ, ਇੱਕ ਪਾਸੇ ਭੂਆ ਲੱਗੀ ਹੋਈ ਆ, ਇੱਕ ਪਾਸੇ ਭਤੀਜੇ ਨਾਲ ਲੱਗੇ ਹੋਏ ਆ, ਬਸ ਇਹ ਵੀ ਕਾਫੀ ਗਾੜਾ ਹੋ ਚੱਲਿਆ। ਹਾਂ ਜਗਦੀਪ ਨੇ ਫਟਾਫਟ ਕਰਤਾ, ਤੇਜ਼ ਕਰਤਾ, ਕਹਿੰਦੇ ਰਿੱਝਣ ਦਿੰਦੇ, ਰਿੱਝਦਾ ਹੀ ਨਹੀਂ ਹੁਣ ਤੱਕ, ਫਿਰ ਗੈਸ ਤੇਜ਼ ਕੀਤਾ। ਆਪਾਂ ਜੀ ਕੱਲ੍ਹ ਖੋਆ ਕੱਢ ਕੇ ਲੈ ਆਏ ਸੀ ਗੋਰੇ ਵੀਰੇ ਕੇ ਘਰੋਂ, ਅਤੇ ਅੱਜ ਮੰਮੀ ਨੇ ਥੋੜ੍ਹੇ ਜਿਹੇ ਦੇ ਵਿੱਚ
ਥੋੜਾ ਜਿਹਾ ਲਾਇਆ ਬਸ ਆਟਾ ਪਾਤਾ। ਇਹ ਸੀਗਾ 1 ਕਿਲੋ 10 ਗ੍ਰਾਮ ਖੋਆ। ਅੱਛਾ ਜੀ, ਮੈਂ ਨਾਪ ਕੇ ਲੈ ਗਈ ਸੀ ਉਹਦੇ ਤੇ 2 ਕਿਲੋ ਬਚ ਗਿਆ। ਨਾ, 2 ਕਿਲੋ 400 ਗ੍ਰਾਮ ਬਚ ਗਿਆ। ਕਿਉਂ? 3 ਕਿਲੋ ਸੀ। ਡੋਲੂ ਦਾ ਵੀ ਤਾਂ ਸੀਗਾ ਵਜ਼ਨ, ਮਾੜਾ ਮੋਟਾ ਡੋਲੂ ਦਾ ਤਾਂ। ਉਹ ਕਹਿੰਦੇ ਸੀਗੇ ਇਹ ਡੋਲੂ ਦਾ ਵੇਟ ਬਚ ਕਰ ਲਊਗਾ, ਉਹ ਵੀ ਬਾਹਰ ਕੱਢ ਕੇ ਪਾਉਣਾ ਸਗੋਂ ਉਹਦੇ 'ਚ। ਪਰ ਡੋਲੂ ਦਾ ਵਜ਼ਨ ਹੋਣਾ ਹੀ ਨਹੀਂ ਕਿਉਂਕਿ ਉਹ ਕੰਡਾ ਵੱਧ ਚੱਕਦਾ। ਅਤੇ ਹਲੇ ਗਰਮ ਆ, ਥੋੜ੍ਹਾ ਠੰਡਾ ਹੋਏ ਤਾਂ ਇਹਦੀਆਂ ਪਿੰਨੀਆਂ ਵੱਟ ਹੋਣੀਆਂ ਨੇ। ਬਸ ਇਹਦੇ 'ਚ ਜ਼ਿਆਦਾ ਕੁਛ ਨਹੀਂ ਪਾਇਆ, ਕਾਜੂ, ਬਦਾਮ, ਮਗਜ਼, ਅਖਰੋਟ। ਇਹਦੋਂ ਵੱਧ ਕੀ ਪੈ ਸਕਦਾ ਸੀ? ਤੇ ਅਜਵਾਇਣ, ਕਾਲੀ ਮਿਰਚ, ਉਹ ਤਾਂ ਧੱਕਾ ਕਰਕੇ ਤਾਂ ਜੋ ਮਰਜ਼ੀ ਪਾਈ ਜਾਓ। ਚਾਹੀਦੀ ਆ ਕੋਈ, ਬਹਿ ਨਹੀਂ ਹੁੰਦੀ। ਪਾ ਦਿਓ ਫਿਰ। ਨਹੀਂ, ਰਹਿਣ ਦਾ ਹੁਣ ਨਹੀਂ ਪਾਉਣਾ, ਉਹ ਵੀ ਤੇਰੇ ਮੂੰਹ ਨਾਸਾ ਮਾਰੂਗਾ ਫਿਰ। ਬਸ ਫਿਰ ਤਾਂ ਹੀ ਨਹੀਂ ਪਾਈ। ਨਹੀਂ ਫਿਰ ਮਿੱਠੀ ਚੀਜ਼ ਨੂੰ ਮਿੱਠੀ ਰਹਿਣ ਦੇਣਾ ਚਾਹੀਦਾ ਨਾ। ਇਹਦਾ ਟੇਸਟ ਜਦੋਂ ਅਜਵਾਇਣ ਜੀ ਆ ਜਾਂਦੀ ਨਾ, ਨਮਕੀਨ ਫਲੇਵਰ ਜਿਹਾ ਲੱਗਣ ਲੱਗ ਜਾਂਦਾ ਮੈਨੂੰ। ਇਹ ਦੇਖੋ ਜੀ, ਆਟੇ ਦਾ ਬੁੜਕ ਕੇ ਪੈ ਗਿਆ। ਦੇਖੋ ਕਿੰਨਾ ਉਹ ਹੁੰਦਾ ਜਦੋਂ ਬੰਦੇ ਦੇ ਘਰ ਕੋਈ ਚੀਜ਼ ਨੀ ਹੁੰਦੀ, ਉਦੋਂ ਦਿਲ ਕਰਦਾ ਹਨਾ ਜੀ। ਇੰਨਾ ਹੋ ਗਿਆ ਨਹੀਂ, ਉਹ ਮੰਮੀ ਗੱਲ ਕਰਦੀ ਆ, ਮਿੱਠਾ ਅੰਦਰ ਮਿੱਠਾ ਹੀ ਹੋਇਆ ਪਿਆ। ਵੀ ਜਦੋਂ ਘਰੇ ਕਾਜੂ ਬਦਾਮ ਮਸਾ ਹੀ ਆਉਂਦੇ ਹੁੰਦੇ ਸੀ, ਉਦੋਂ ਖਾਣ ਨੂੰ ਦਿਲ ਕਰਦਾ ਹੁੰਦਾ ਸੀ। ਹੁਣ ਬੰਦ ਪਈਆਂ ਰਹਿੰਦੀਆਂ, ਹੁਣ ਰੋਲਦੀਆਂ ਫਿਰਦੀਆਂ ਨੇ, ਹੁਣ ਕਦੇ ਨਹੀਂ ਖਾ ਕੇ ਦੇਖੇ। ਕਿੰਨੇ ਭਾਂਤ ਦੀ ਮਠਿਆਈ ਆ, ਕਿੰਨੀ ਖਾ ਗਏ ਵਿੱਚੋਂ। ਇਹ ਜੀ ਚਮਚਾ ਮੈਂ ਐਡੀ ਵੱਡੀ ਪਹਿਲੀ ਵਾਰ ਦੇਖੀ ਆ ਗੋਲ। ਸਵਾਦ ਬੜੀ ਸੀਗੀ, ਟੇਸਟ ਕਰਕੇ ਦੇਖਿਓ। ਮੈਂ ਬਰਫੀ ਟੇਸਟ ਕੀਤੀ ਸੀ, ਵਧੀਆ ਸੀ। ਬਰਫੀ ਵੀ ਬਹੁਤ ਸਵਾਦ ਸੀਗੀ। ਪੇੜੇ ਨੇ ਚਮਚਮ ਤਾਂ ਮੈਂ 2 ਖਾ ਲਈਆਂ, ਬਰਫੀ ਮੈਂ ਅੱਧੀ ਖਾਧੀ ਸੀ। ਉਹ ਵਾਈਟ ਚਮਚਮ ਖਾ ਗਈ ਇੱਕ ਤਾਂ ਤੂੰ। ਹਾਂਜੀ, ਇੱਕ ਪਿੰਕ ਖਾ ਲਈ ਮੈਂ। ਮੈਂ ਕਿਹਾ ਟੇਸਟ ਕਰ ਲਵਾਂ। ਅਤੇ ਆਪਣੇ ਜੀ ਵੀਰ ਆਪਾਂ ਨੂੰ ਮਿਲਣ ਆਏ ਸੀਗੇ, ਸੁਖਪਾਲ, ਮੇਰਾ ਨਾਮ ਭੁੱਲ ਗਈ। ਅਤੇ ਇਹ ਆਪਣੇ ਨਾਲ ਬਾਬਾ ਫਰੀਦ ਕਾਲਜ 'ਚ ਪੜ੍ਹੇ ਸੀਗੇ, ਇਹਨਾਂ ਦਾ ਤਾਂ ਡਿਪਾਰਟਮੈਂਟ ਹੋਰ ਸੀਗਾ, ਅਸੀਂ ਬਸ ਥੀਏਟਰ 'ਚ ਮਿਲੇ ਸੀਗੇ ਥੋੜ੍ਹਾ ਜਿਹਾ। ਅਤੇ ਬਾਕੀ ਜਾਣੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਏ ਨੇ। ਇਹ ਕਹਿੰਦੇ ਪਹਿਲਾਂ ਅਸੀਂ ਥੋੜ੍ਹੀਆਂ ਬਹੁਤ ਵੀਡੀਓ ਦੇਖੀਆਂ ਨੇ, ਹੁਣ ਅਸੀਂ ਹਟ ਗਏ। ਬਹੁਤ ਮਾੜੀ ਗੱਲ ਆ। ਹਾਂਜੀ, ਲੱਗ ਸਟੇਟ ਆ। ਮੈਂ ਕਿਹਾ ਤੂੰ ਸਾਡਾ ਪੁੱਤਰ ਹੀ ਹੈ, ਲੱਗ ਸਟੇਟ ਨਾ ਸਮਝ, ਇਹ ਹਿਮਾਚਲ ਤੋਂ ਹੈ। ਤੇ ਇਸ ਕਰਕੇ ਆਪਾਂ ਨੇ ਸਾਰੀਆਂ ਗੱਲਾਂ ਵੀਰੇ ਨੂੰ ਹੀ ਸੁਣਾਈਆਂ, ਹੋਰ ਕਿਸੇ ਨੂੰ ਨਹੀਂ। ਹਾਂਜੀ, ਆਪਾਂ ਤੁਹਾਨੂੰ ਗੱਲ ਸੁਣਾਉਂਦੇ ਆ। ਆਪਣੇ ਪਿੰਡ ਕੋਈ ਰਿਸ਼ਤੇਦਾਰ ਆ ਗਿਆ, ਹਾਂਜੀ, ਗਾਹਾਂ ਤੋਂ ਗਾਹਾਂ, ਗਾਹਾਂ ਤੋਂ ਗਾਹਾਂ। ਉਹ ਘਰਦਿਆਂ ਨਾਲ ਲੜ ਪਿਆ, ਉਹਨਾਂ ਨੇ ਘਰੋਂ ਬਾਹਰ ਕੱਢਤਾ। ਉਹ ਰਜਾ ਕੇ ਪੂਰਾ ਮੋਛਾਂ ਨੂੰ ਵੱਟ ਦੇ ਕੇ ਨਾ, ਉਹ ਵਧੀਆ ਪੀ ਕੇ ਸ਼ਰਾਬ ਦਾ, ਮੰਜੇ ਦੇ ਬਹਿ ਕੇ ਰੋਟੀ ਖਾ ਕਰੇ। ਉਹਨਾਂ ਨੇ 6 ਦਿਨ ਰੋਟੀ ਦਿੱਤੀ, 7ਵੇਂ ਦਿਨ ਕਹਿੰਦਾ ਵੀ ਤੁਹਾਨੂੰ ਕੌਲੀ ਦੇ ਵਿੱਚ ਸਾਗ ਨਹੀਂ ਪਾਉਣਾ ਆਉਂਦਾ। ਅੱਛਾ, ਉਹ ਕਹਿੰਦੇ ਵੀ ਸਾਗ ਕਿਉਂ ਨਹੀਂ ਪਾਉਣਾ ਆਉਂਦਾ? ਕਹਿੰਦਾ ਪਹਿਲਾਂ ਕੌਲੀ ਦੇ ਵਿੱਚ ਤੁਸੀਂ ਮਖਣੀ ਪਾਓ, ਅੱਛਾ, ਮੋਟੀ ਸਾਰੀ, ਉੱਤੇ ਸਾਗ ਪਾਓ ਗਰਮ ਗਰਮ। ਕਹਿੰਦਾ ਜਦ ਮਖਣੀ ਕੁੰਭ ਮੰਗੂ, ਕੁੰਭ ਕਹਿੰਦੇ ਖੰਭ ਮੰਗੂ ਆਊਗੀ, ਬਈ ਫੇਰ ਖਾਣ ਦਾ ਸਵਾਦ। ਉਹਨਾਂ ਦੀ ਬੀਬੀ
ਉਹਨਾਂ ਦੀ ਬੀਬੀ ਨੇ ਚੱਕੀ ਪਲੇਟ ਰਿਸ਼ਤੇਦਾਰੀ ਚ ਉਹਦੇ ਚ ਹਲੀਮੀ ਉਹ ਲੈ ਕੇ ਤੁਸੀਂ ਤਾਂ ਪਹਿਲਾਂ ਰੱਖਦਾ ਪਿੰਡ ਆਪਣੇ ਗਏ ਹੋਏ ਸੀ ਕਵਿਸ਼ਰ ਦੱਸ ਹੁੰਦੇ ਸੀ ਅਸੀਂ ਕਹਿੰਦਾ ਕਿਸੇ ਘਰੇ ਵਗ ਭੁੱਖ ਲੱਗੀ ਹੋਈ ਸੀਗੀ ਤੇ ਬੇਬੇ ਦੁੱਧ ਲਿਆ ਕੇ ਕੱਲਾ ਦੁੱਧ ਫੜਾ ਗਈ ਤੇ ਪਿੰਨੀਆਂ ਲਈ ਆਉਂਦੀ ਸੀ ਨਾਲ ਉਹ ਕਿਸੇ ਨੇ ਬੋਲ ਮਾਰਤਾ ਤੇ ਪਿੰਨੀਆਂ ਘਨੋਲੀ ਤੇ ਰੱਖ ਕੇ ਭੁੱਲ ਗਈ ਤੇ ਉਹ ਪੁੱਛਣ ਲੱਗ ਗਏ ਬੇਬੇ ਬੈਠੇ ਰਹੇ ਸਾਰੇ ਸੋਚੀ ਗਏ ਵੀ ਪਿੰਨੀਆਂ ਕਿਵੇਂ ਮੰਗ ਗਏ ਹੁਣ ਤੇ ਉਹ ਕਹਾਣੀ ਸੁਣਾਉਣ ਲੱਗ ਕਹਿੰਦਾ ਬੇਬੇ ਸਾਡੇ ਕਿਹੜਾ ਸੱਪ ਆ ਗਿਆ ਤੇ ਸੱਪ ਬਸ ਇੰਨੀ ਕੁ ਦੂਰ ਕਹਿੰਦਾ ਜਿਵੇਂ ਉਹ ਪਿੰਨੀਆਂ ਪੈਜਾ ਬੇਬੇ ਕਹਿੰਦੀ ਉਹ ਹਮਾਰੇ ਪਿੰਨੀਆਂ ਭੁੱਲੀ ਤੇਰਾ ਡੈਡੀ ਝੂਠ ਬੋਲਦਾ ਤਾਂ ਉੱਥੇ ਤਾਂ ਸਭ ਇੱਕੋ ਹੀ ਲੱਕੜੀ ਤੇਰੀ ਬੀਬੀ ਦੇ ਐਵੇਂ ਰੋਹ ਮਾਰੀ ਜਾਂਦਾ ਕੋਈ ਕਰਦਾ ਉੱਥੇ ਨੀ ਛੱਡਦੇ ਅੱਛਾ ਕਾਕਾ ਤੇਰੇ ਮੇਰੇ ਟੀਚਰ ਡੈਡੀ ਹਾਂਜੀ ਮੰਮੀ ਮੰਮੀ ਵੀ ਟੀਚਰ ਹੈ ਡੈਡੀ ਘਰ ਦੇ ਵੀਡੀਓ ਦੇਖਣਗੇ ਉਹਨਾਂ ਨੇ ਕਹਿਣਾ ਕਿੱਥੇ ਗਏ ਸੀ ਪਤਾ ਹੋਣਾ ਚਾਹੀਦਾ ਸੁਣ ਮੇਰਾ ਪੁੱਛਣ ਦਾ ਮਤਲਬ ਆ ਕਈ ਗੁਆਂਢੀਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਸ਼ੱਕ ਹੋ ਜਾਂਦਾ ਹੈ ਉਹਨਾਂ ਦੀ ਸ਼ੱਕ ਦੂਰ ਹੋ ਜੂ ਨਹੀਂ ਸਾਡੇ ਡੈਡੀ ਵੀ ਟੀਚਰ ਸੀਗੇ ਹੁਣ ਜਿਵੇਂ ਇਹਦਾ ਡੈਡੀ ਆ ਜੇ ਕਿਸੇ ਨੇ ਕਹਿਤਾ ਉਹ ਫੌਜੀ ਆ ਉਰੇ ਆ ਹੌਲਦਾਰ ਆ ਉਹ ਲੜ ਪੈਂਦੇ ਨੇ ਵੀ ਮੈਨੂੰ ਤੂੰ ਸੂਬੇਦਾਰ ਸਾਹਿਬ ਨਹੀਂ ਕਿਹਾ ਸਾਡੇ ਪਿੰਡ ਵੀ ਕਈ ਹੈਗੇ ਹਾਂ ਹੁਣ ਤੁਹਾਨੂੰ ਮੈਂ ਦੱਸਦਾ ਸਾਡੇ ਸਕੂਲਾਂ ਦੇ ਵਿੱਚ ਗੇਟਾਂ ਦੇ ਮੂਹਰੇ ਰਿਟਾਇਰ ਕਲਰਕ ਰੱਖ ਲਏ ਨਾ ਉਹ ਫੌਜੀ ਰੱਖ ਲਏ ਖਾਸ ਕਰਕੇ ਲੜਕੀਆਂ ਸਕੂਲਾਂ ਦੇ ਮੂਹਰੇ ਦੋ ਦੋ ਇੱਕ ਰੱਖਿਆ ਉਹਨਾਂ ਨੇ ਜਿੰਨਾ ਵੀ ਬਿੱਲ ਲਾਉਣਾ ਹਿਸਾਬ ਕਿਤਾਬ ਕਰਨ ਵਾਸਤੇ ਉੱਥੇ ਰਿਟਾਇਰਮੈਂਟ ਕੈਪਟਨ ਰੱਖ ਗਿਆ ਹੁਣ ਮਾਸਟਰ ਨੇ ਕਹਿ ਦਿੱਤਾ ਫੌਜੀ ਸਾਹਿਬ ਉਹ ਲੜ ਪਿਆ ਕਹਿੰਦਾ ਫੌਜੀ ਨੀ ਕੈਪਟਨ ਆ ਉਹਦੀ ਗੱਲ ਨੀ ਸੋਚੀ ਜਿਵੇਂ ਕੈਪਟਨ ਤਿੰਨ ਸਟਾਰ ਲਏ ਨੇ ਹੁਣ ਕੈਪਟਨ ਸਾਰੇ ਥੋੜੋ ਬਣ ਸਕਦੇ ਨੇ ਥੋੜੇ ਜਿਹੇ ਚੁਣਨੇ ਬੰਦੇ ਅਸੀਂ ਨੀ ਬਣ ਗਏ ਮੈਂ ਕਿਹਾ ਤੂੰ ਸੂਬੇਦਾਰ ਉਹ ਨੀ ਬਣਿਆ ਮੈਂ ਵੀ ਘਰੇ ਕੱਪ ਮਾਰ ਦੇਣਾ ਵੀ ਮੈਂ ਕੰਮ ਨੀ ਕਰਦੇ ਮੈਨੂੰ ਤਾਂ ਨੀ ਬਣਾਇਆ ਕੰਮ ਸਾਰੇ ਨੂੰ ਇਹ ਕਰਨਾ ਪੈਂਦਾ ਅੱਛਾ ਹੁਣ ਜਾਣਾ ਕਿ ਰਹਿਣਾ ਤੁਸੀਂ ਆਏ ਹਾਂ ਬਹੁਤ
ਕਿਤੇ ਪਿੰਨੀਆਂ ਖਾਣ ਨੂੰ ਦਿਲ ਤਾਂ ਨੀ ਕਰ ਰਿਹਾ ਤਰੀਕੇ ਨਾਲ ਸਾਰੇ ਤੇ ਖਾ ਜਾਓ ਫਿਰ ਤੜਕਿਆ ਪਿਆ ਆ ਖਾ ਜਾਓ ਰੋਟੀ ਖਾ ਕੇ ਜਾਣੀ ਤਾਂ ਦੁੱਧ ਇਹ ਜਦੋਂ ਆਂਟੀ ਗਈ ਹੋਊਗੀ ਮੈਂ ਇਕੱਲਾ ਹੀ ਠੀਕ ਹੈ ਰਾਜੀ ਹੋਣੀ ਕੰਮਾਂ ਲਈ